ਸਭ ਤੋਂ ਪਹਿਲਾਂ ਤਾਂ ਸਾਰੀ মিডিਆ ਦੇ ਥਰੂ ਜਿੰਨੇ ਵੀ ਤੁਸੀਂ ਇਸ ਠੰਡ ਦੇ ਮੌਸਮ 'ਚ ਆਏ ਹੋ ਥੋਡੇ ਰਾਹੀਂ ਸਾਰੇ ਹੀ ਮੇਰੇ ਲੁਧਿਆਣੇ ਵਾਸੀਆਂ ਨੂੰ ਤੇ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ 2024 ਦੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਿਹਤ ਬਖਸ਼ੇ ਤੇ ਸਾਰਿਆਂ ਨੂੰ ਆਪਸ ਵਿੱਚ ਜਿਹੜਾ ਸਭ ਤੋਂ ਵੱਡਾ ਹੈ ਆਪ ਸਵਿਚ ਪ੍ਰੀਮ ਭਾਈਚਾਰਾ ਜਿਹੜਾ ਸਾਡਾ ਉਹ ਬਣਿਆ ਜਾਏ ਬਣਿਆ ਰਹੀ ਇਹੀ ਮੈਂ ਗੁਰੂ ਮਹਾਰਾਜ ਜੀ ਮੁਰੇ ਅ ਮੈਂ ਹੱਥ ਜੋੜ ਕੇ ਉਹਨਾਂ ਨੂੰ ਮੇਰੇ ਰਜੋਈ ਕਰਦਾ ਵੀ ਸਾਡੇ ਲੁਧਿਆਣੇ ਦੇ ਖੁਸ਼ੀਆਂ ਦੇ ਨਾਲ ਸਾਰਿਆਂ ਦੇ ਚਿਹਰੇ ਮੁਸਕਰਾਉਂਦੇ ਰਹਿਣ ਇਸ ਨਵੇਂ ਸਾਲ 'ਚ ਮਿੱਟੂ ਜੀ ਐ ਜੀ ਪੀ ਸੀ ਵੱਲੋਂ ਅੱਜ ਇੱਕ ਜਵਾਨ ਨੂੰ ਲੈ ਕੇ ਨਹੀਂ ਦੇਖੋ ਮੈਂ ਹੈਰਾਨ ਆ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਐਸ ਜੀ ਪੀ ਸੀ ਦੀ ਜਾਂ ਹੋਰ ਦੀ ਉਹ ਬਹੁਤ ਦੁੱਖ ਵੀ ਹੁੰਦਾ ਗੱਲਾਂ ਸੁਣ ਕੇ ਕਿਉਂਕਿ ਜਿਹਨਾਂ ਬੀਤੀਆਂ ਹੁੰਦੀਆਂ ਨਾ ਉਹਨਾਂ ਨੂੰ ਪਤਾ ਹੁੰਦਾ ਤੇ ਜਿਵੇਂ ਤੁਸੀਂ ਇਹ ਗੱਲ ਪੁੱਛੀ ਆ ਮੈਂ ਪਰਸੋਂ ਵੀ ਦੇਖੋ ਮੇਰੇ ਮੇਰੇ ਪਰਿਵਾਰ ਦੇ ਸੰਸਕਾਰ ਉਹ ਵੱਖ ਨੇ ਵੱਖ ਨਹੀਂਗੇ ਉਹ ਪੰਜਾਬ ਨਾਲ ਤੇ ਸਾਡੇ ਦੇਸ਼ ਨਾਲ ਰਲਦੇ ਆ ਇਸ ਕਰਕੇ ਕਦੇ ਵੀ ਮੇਰਾ ਬਾਪੂ ਉਹ ਤਾਂ ਸ਼ਹੀਦ ਆਜ਼ਮ ਸਤਾਰ ਬਿਆਨ ਸਿੰਘ ਹੀ ਰਹੂਗਾ ਪਰ ਮੇਰੇ ਬਾਪੂ ਨੇ ਮੇਰੇ ਬਜ਼ੁਰਗ ਨੇ ਮੇਰੇ ਦਾਦਾ ਜੀ ਨੇ ਮੇਰੇ ਗ੍ਰੈਂਡਫਾਦਰ ਨੇ ਇਹ ਸਿਖਾਇਆ ਏ ਵੀ ਕੋਈ ਵੀ ਬਜ਼ੁਰਗ ਆਪਣੇ ਤੋਂ ਵੱਡਾ ਉਹਦੀ ਇੱਜ਼ਤ ਕਰਨੀ ਆ ਉਹਦਾ ਮਾਣ ਕਰਨਾ ਉਹਦਾ ਸਤਿਕਾਰ ਕਰਨਾ ਜੇ ਕੋਈ ਵੱਡੀ ਕੁਰਸੀ ਤੇ ਬੈਠਾ ਜਿਹਨੂੰ ਬਿਠਾਇਆ ਏ ਚਾਹੇ ਉਹ ਆਪਣੀ ਮਿਹਨਤ ਨਾਲ ਬੈਠਾ ਚਾਹੇ ਲੋਕਾਂ ਨੇ ਬਿਠਾਇਆ ਉਹਦੀ ਵੀ ਮਾਣ ਸਤਿਕਾਰ ਉਹਦਾ ਕਰਨਾ ਜਿੰਨਾ ਚਿਰ ਉਹ ਸਹੀ ਆ ਜੇ ਉਹ ਕੋਈ ਗਲਤ ਕਰ ਰਿਹਾ ਤਾਂ ਉਹਦੇ ਖਿਲਾਫ ਝੰਡਾ ਗੱਡਣਾ ਵੀ ਮੈਨੂੰ ਮੇਰੇ ਬਜ਼ੁਰਗ ਨੇ ਬਾਪੂ ਨੇ ਸਿਖਾਇਆ ਹੁਣ ਗੱਲ ਜਿਹੜੀ ਮਜੀਠੀਆ ਸਾਹਿਬ ਨੇ ਕੀਤੀ ਆ ਪਤਾ ਨਹੀਂ ਉਹ ਕਿੱਥੋਂ ਆ ਕੇ ਉਸ ਬੰਦੇ ਨੇ ਪਤਾ ਨਹੀਂ ਤਾਂ ਪਹਿਲਾਂ ਵੀ ਸੀਗੇ ਖੈਰ ਪਹਿਲਾਂ ਵੀ ਪਰ ਜਿੰਨਾ ਚਿਰ ਜਦੋਂ ਪਟਿਆਲਾ ਜੇਲ੍ਹ ਚ ਜਦੋਂ ਟਾਈਮ ਲਾਇਆ ਉਦੋਂ ਬਾਅਦ ਦਿਮਾਗ ਕੀ ਸਲਤਨਾ ਤੋਂ ਖੋ ਚੁੱਕੇ ਆ ਉਹ ਨਾਰਮਲ ਨਹੀਂਗੇ ਉਹ ਚਲੋ ਸਭ ਨੂੰ ਪਤਾ ਏ ਤੇ ਦੂਜੀ ਵਾਰੀ ਵੀ ਆ ਜਿਹੜੀ ਉਹ ਵੀ ਤਰੀਕਾਂ ਤੇ ਜਾਂਦੇ ਆ ਆਉਣ ਵਾਲੀ ਆ ਮੈਨੂੰ ਲੱਗਦਾ ਪਰ ਉਹ ਗੁਰੂ ਨੂੰ ਵੀ ਬਹੁਤ ਮੰਨਦੇ ਆ ਆਪਾਂ ਦੇਖਦੇ ਆ ਤਸਵੀਰਾਂ ਕਹਿੰਦੇ ਵੀ ਨੇ ਉਹ ਮੈਂ ਗੁਰੂ ਦਾ ਸਿੱਖ ਆ ਪਰ ਗੁਰੂ ਦਾ ਸਿੱਖ ਵਾਲੀ ਇੱਕ ਵੀ ਜਿਹੜੀ ਯਾਰ ਇੱਕ ਵੀ ਉਸ ਬੰਦੇ ਨੇ ਬਾਣੀ ਚੋਂ ਇੱਕ ਚੀਜ਼ ਵੀ ਤਾਂ ਸਿੱਖੀ ਹੋਵੇ ਹਰ ਇਸ ਮਾਹੌਲ ਜਿੰਨਾ ਖਰਾਬ ਕੀਤਾ ਪਰਵਾਰਾਂ ਤੱਕ ਪਹੁੰਚਣਾ ਹੁਣ ਮੈਨੂੰ ਇਹ ਗੱਲ ਕਹਿਣਾ ਵੀ ਇਹ ਬਾਪੂ ਦੀ ਗੱਲ ਕਰਨਾ ਮੈਂ ਇੱਕ ਗੱਲ ਦੱਸਾਂ ਇਹ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿਣਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾਨੀ ਕਮਜ਼ੋਰ ਹੀ ਆ ਮੈਂ ਉਹਨੂੰ ਇਹ ਦੱਸਣਾ ਚਾਹੁੰਨਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਛ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਨਿੰਗਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਨਿੰਗਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ 'ਚ ਗੱਡੀ ਆ ਜਿਹੜੀ ਉਹ ਮਗਰ ਭੌਂਕਦੇ ਭੌਂਕਦੇ ਗੱਡੀ ਨਿੰਗ ਜਾਂਦੀ ਆ ਉਹ ਗੱਡੀ ਪਰੇ ਨਿੰਗ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਗਈ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮਗਰ ਭੌਂਕਣ ਲੱਗੋ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਦਾ ਬਾਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿਕ ਜਾਂਦੀ ਹੈ ਇਹ ਆਪਣਾ ਭੌਂਕ ਭਾਈਕਾ ਕਰਕੇ ਪਰ ਆਦਤ ਤੋਂ ਆਦਤ ਤੋਂ ਮਜਬੂਰ ਨੇ ਆਦਤ ਜਾਂਦੀ ਨਹੀਂਗੀ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਹੈ ਤੇ ਫੇਰ ਮਗਰ ਲੱਗ ਜਾਂਦੇ ਇਸ ਕਰਕੇ ਮੈਂ ਮੈਂ ਕਰਨਾ ਹੈਰਾਨ ਆ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਤੁਹਾਡਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣ ਆ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਸਵਾਏ ਚਿੱਟੇ ਤੋਂ ਸਭ ਤੋਂ ਵੱਡੀ ਦੇਣ ਤੇਰੇ ਕਿੰਨੇ ਪਿਆਰ ਵਿੱਚ ਤੁਸੀਂ ਕਿਸੇ ਨੂੰ ਨਾ ਉਹ ਮਾਸੀ ਨੂੰ ਦਾਗੀਆਂ ਫੋਰਟ ਤੇ ਗਿਆ ਤੇਰਾ ਭਾਈ ਵਾਹ ਨਹੀਂ ਪਿਆ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਬੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕਿਹਦੇ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਿੰਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬਹੁਤ ਕਲਾਖ ਨਜ਼ਰ ਆਉਂਦੀ ਆ ਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਬਿਕਰਮਜੀਤ ਸਿੰਘ ਮਜੀਠੀਆ ਕੀ ਵਾਰ-ਵਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਕਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਵਾਰ-ਵਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਉਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ 'ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਵੀ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਫੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨ੍ਹਾਂ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ। ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਂਕੇ ਸਾਹਿਬ ਕੌਂਕੇ ਸਾਹਿਬ ਸੁੱਤੇ ਪਏ ਸੀ ਉਹਦਣ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰ ਲਾਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਿਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 'ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮਐਲਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਮਣੇ ਵਿਧਾਨ ਸਭਾ ਚ ਕੁਐਸਚਨ ਕਰਕੇ ਇਹ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਂਪੁਰ ਦਾਖੇ ਤੋਂ ਕਿਲਾ ਰੈਪੁਰ ਤੋਂ ਉਦੋਂ ਹਲਕੇ ਦਾ ਨਾਂ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕਿਹਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ 'ਚ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ ਸਗੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ। ਉਸੇ ਦਰਬਾਰ ਦਰਬਾਰ ਸਾਹਿਬ 'ਚ ਹਰ ਸਿਮਰਤ कौर ਮੱਥਾ ਟੇਕਣ ਆਉਂਦੀ ਆ। ਉਹਦੇ ਮਜੀਠੀਆ ਸਾਹਿਬ ਆਉਂਦੇ ਨੇ। ਜਦੋਂ ਮੱਥਾ ਟੇਕ ਕੇ ਬਾਅਦ 'ਚ ਉਹ ਤੁਹਾਡੇ ਦਫ਼ਤਰ 'ਚ ਬਹਿੰਦੇ ਐ ਐਸਜੀਪੀਸੀ ਦੇ। ਤੁਸੀਂ ਤੁਹਾਡੇ ਕੀ ਆ? ਜੇ ਐਸਜੀਪੀਸੀ ਦੇ ਪ੍ਰਧਾਨ 'ਚ ਜਾਣ ਆ। ਜੇ ਕਾਲਤਕ ਸਾਹਿਬ ਦੇ ਜਥੇਦਾਰ 'ਚ ਹਿੰਮਤ ਆ। ਤਾਂ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲਤਕ ਸਾਹਿਬ ਦੇ ਜਥੇਦਾਰ ਨੇ ਬੰਨਿਆ ਸੀ। ਉਸ ਵੇਲੇ ਇਹਨਾਂ ਨੂੰ ਮੰਨੋ ਵੀ ਕੌਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਹਸਾਬ ਤਾਂ ਦੱਸੋ ਬਹੁ ਬਹੁ ਕਰਦੇ ਫਿਰਦੇ ਹੋ ਤੁਹਾਡਾ ਹਾਲ ਤਾਂ ਦੇਖੋ ਤੁਸੀਂ ਕੀ ਕੀਤਾ ਏ ਬਿੱਟੂ ਜੀ ਜਿਸਨੇ ਹੋਇਆ ਇੱਕ ਹੋਰ ਸੁਣ ਲਓ ਇਹ ਇਹ ਜਿੰਨੇ ਇਹ ਜਿੰਨੇ ਲੁਟੇਰੇ ਆ ਕੱਲ ਹੀ ਗੱਲਾਂ ਦੱਸੀਆਂ ਖੋਲ ਕੇ ਇੱਕ ਬਹੁਤ ਵੱਡੇ ਮਾਂ ਵੱਡਾ ਉਹ ਕਹਿੰਦਾ ਜਿਹੜੇ ਵੀ ਗੁਰਦੁਆਰੇ ਚ ਚੜਾਵਾ ਚੜਦਾ ਸੀ 50 ਦਾ ਚੜਾਵਾ ਚੜਦਾ ਸੀ 57 ਦਾ ਉਧਰ ਦੀ ਉਥੇ ਕੋਈ ਗੁਰਦੁਆਰੇ ਚ ਵਿਵਾਦ ਆ ਗਿਆ ਜਿਹੜੇ ਵੀ ਮੈਂ ਕਹਿੰਨਾ ਰੋਪ ਪਲਾਉਣਾ ਮੈਂ ਜਿਹੜੇ ਵੀ ਐਸ்சிਪੀਸੀ ਸਾਹਿਬ ਦੇ ਗੁਰਦੁਆਰੇ ਆ ਜਦੋਂ ਕੋਈ ਉਥੇ ਰੌਲਾ ਪੈ ਜਾਂਦਾ ਰিসিਵਰ ਲੱਗਦਾ ਉਥੇ ਤਹਿਸੀਲਦਾਰ ਲੱਗਦਾ ਜਾਂ ਹੋਰ ਕੋਈ ਲੱਗਦਾ ਤੇ ਉਦੋਂ ਚੜਾਵਾ ਜਿਹੜਾ ਉਹ ਦੁੱਗਣਾ ਹੋ ਜਾਂਦਾ ਇਹ ਨਹੀਂ ਮਤਲਬ ਵੀ ਉਥੇ ਮੱਥਾ ਟੇਕਣ ਵਾਲੇ ਦੁੱਗਣੇ ਆਉਣ ਲੱਗੇ ਨਹੀਂ ਜਿੱਥੇ 57 ਲੱਖ ਰੁਪਇਆ ਬਾਅਦ ਚ ਰਸੀਵਰ ਲਾਉਣ ਤੇ ਤਹਿਸੀਲਦਾਰ ਲਾਉਣ ਤੇ ਉੱਥੇ 57 ਲੱਖ ਆਇਆ ਉਦੋਂ ਪਿਛਲੇ ਮਹੀਨਿਆਂ ਚ ਕੁੱਲ 7 ਲੱਖ ਰੁਪਇਆ ਆਉਂਦਾ ਸੀ ਹਰ ਐਸਜੀਪੀਸੀ ਦੇ ਗੁਰਦੁਆਰਿਆਂ ਚੋਂ ਇਹਨਾਂ ਦੇ ਵਕੀਲਾਂ ਦੀਆਂ ਫੀਸਾਂ ਇਹਨਾਂ ਦੀਆਂ ਜਿਹੜੇ ਕਾਰੋਬਾਰ ਨੇ ਉਹ ਸਾਰੇ ਗੁਰਦੁਆਰਿਆਂ ਤੋਂ ਚੱਲਦੇ ਆ ਮੈਂ ਕਿਹਾ ਜੀ ਗੋਲਕ ਚੋਰਤ ਹੈ ਹੀ ਇਹ ਇਹ ਹਰ ਜਿਹੜਾ ਐਸਜੀਪੀਸੀ ਦਾ ਗੁਰਦੁਆਰਾ ਉਹ ਸਿੱਧੇ ਦਾ ਸਿੱਧਾ ਪੈਸਾ ਹੈ ਜਿਹੜਾ ਉਹ ਗੋਲਕ ਚੋਂ ਇਹਨਾਂ ਦੇ ਘਰੇ ਨੂੰ ਜਾਂਦਾ ਅੱਗੇ ਕਹਿੰਦੇ ਵੀ ਸੀ ਇੱਕ ਮਾਤਾ ਮੱਥਾ ਟੇਕਣ ਲੱਗੀ ਉਹ ਉਧਰੋਂ ਇਹ ਬਾਦਲ ਸਾਹਿਬ ਆ ਗਏ ਉਹ ਮਾਤਾ ਬੜੀ ਸਿਆਣੀ ਸੀ ਉਹਨੇ ਮੱਥਾ ਜਿਹੜਾ ਗੋਲਕ 'ਚ ਪਾਉਣਾ ਸੀ ਉਹਨੇ ਜਦੋਂ ਬਾਦਲ ਸਾਹਿਬ ਹੈ ਬਾਦਲ ਸਾਹਿਬ ਦੇ ਮੂਰੇ ਹੀ ਮੱਥਾ ਟੇਕਤਾ ਉਹ ਕਿਸੇ ਨੇ ਕਿਹਾ ਵੀ ਯਾਰ ਤੂੰ ਬਾਦਲ ਸਾਹਿਬ ਦੇ ਮੂਰੇ ਮੱਥਾ ਕਿਉਂ ਟੇਕਤਾ ਉਹ ਬੀਬੀ ਬੜੀ ਸਿਆਣੀ ਸੀ ਉਹ ਬੀਬੀ ਕਹਿੰਦੀ ਇਹ ਗੋਲਕ ਚੋਂ ਵੀ ਤਾਂ ਜਾਣਾ ਦਾ ਬਾਦਲ ਦੇ ਘਰੇ ਹੀ ਆ ਇੱਥੇ ਹੀ ਮੱਥਾ ਟੇਕ ਦਿਓ ਇਸ ਕਰਕੇ ਇਹ ਤੋਂ ਉਹ ਲੋਕ ਨੇ ਤਾਂ ਹੀ ਅੱਜ ਇਹ ਇਹਨਾਂ ਦਾ ਹਾਲ ਆ ਮੈਂ ਬਾਰ-ਬਾਰ ਇਹ ਗੱਲ ਕਹਣਾ ਵੇ ਜੋ ਮਜੀਠੀਆ ਸਾਹਿਬ ਜੇ ਤੁਸੀਂ ਜੈਸੀ ਬੋਲਬਾਣੀ ਰੱਖੋਗੇ ਮੈਂ ਪਹਿਲ ਕਦੇ ਕਰਦਾ ਨਹੀਂ ਨਾ ਮੈਂ ਕੀਤੀ ਅੱਜ ਤੱਕ ਜੇ ਤੁਸੀਂ ਤੁਸੀਂ ਤਾਂ ਦੇਖਿਆ ਹੀ ਨਹੀਂ ਪੰਜਾਬੀਆਂ ਨੂੰ ਤੁਸੀਂ ਤਾਂ ਬਾਹਰ ਲੇ ਹੂੰ ਇਹ ਤੁਸੀਂ ਬਾਹਰ ਲੇ ਤੇ ਕੇਜਰੀਵਾਲ ਵੀ ਬਾਹਰ ਲਾ ਸੀ ਜਿੰਨਾ ਪੰਗਾ ਤੁਸੀਂ ਪਾ ਲਿਆ ਮੇਰਾ ਤੁਹਾਡੇ ਗਿੱਚੀ ਨੂੰ ਹੱਥ ਜਿੱਦਣ ਪੈ ਗਿਆ ਨਾ ਜਿੱਦਣ ਮੇਰੀ ਵਾਰੀ ਆ ਗਈ ਤਾਂ ਉਸ ਦਿਨ ਦਾ ਸੋਚੋ ਥੋੜਾ ਬਣੂਗਾ ਕੀ ਮਜੀਠੀਆ ਸਾਹਿਬ ਇਹ ਸੋਚ ਲਓ ਇੱਕ ਤੁਸੀਂ ਚੈਲੰਜ ਕੀਤਾ ਵਾ ਕਿ ਤੁਸੀਂ ਕਹਾਂਗੇ 2024 ਦੀ ਇਲੈਕਸ਼ਨ ਆਰ ਪਾਰਟ ਦੀ ਲੜਾਈ ਲੜਨੀ ਆ ਤੁਸੀਂ ਕਹਿ ਰਹੇ ਹੋ ਕਿ ਲੁਧਿਆਣੇ ਆ ਕੇ ਇਹ ਇਹ ਨੂੰ ਨਹੀਂ ਚੱਲੀ ਇਹ ਤੇ ਜੀਜੇ ਨੂੰ ਕੀਤਾ ਜਿਨ੍ਹਾਂ ਨੂੰ ਵੀ ਕੀਤਾ ਜੇ ਉਹ ਕਹਿਣ ਕਿ ਹਾਂ ਵੀ ਤੁਸੀਂ ਸਾਡੀ ਸੀਟ ਤੇ ਆ ਕੇ ਲੜੋ ਅਸੀਂ ਲੁਧਿਆਣੇ ਕੋਈ ਆ ਜੇ ਤੁਹਾਡੇ ਦਮ ਹੈ ਤਾਂ ਤੁਸੀਂ ਉੱਥੇ ਆ ਕੇ ਲੜੋ ਤੇ ਮੇਰੇ ਨਾਲ ਗੱਲ ਤਾਂ ਉਹ ਕਰਦੇ ਆ ਨਾ ਰਾਜੂ ਇਹਨੇ ਛਡਾਉਣ ਦੀ ਮੈਂ ਤਾਂ ਮੈਂ ਉਹਨਾਂ ਦੇ ਖਿਲਾਫ ਤਾਂ ਕੋਈ ਗੱਲ ਕਰ ਕੀਤੀ ਨਹੀਂ ਉਹ ਲੜਾਈ ਤਾਂ ਉਹ ਮੇਰੇ ਨਾਲ ਲੜਦੇ ਆ ਇਸ ਕਰਕੇ ਮੈਂ ਤਾਂ ਉਦੋਂ ਵੀ ਚਲਾ ਗਿਆ ਸੀ ਲਾਲੇਬਾਗ ਉਹਨਾਂ ਨਾਲ ਵੀ ਲੜਨ ਚਲਾ ਗਿਆ ਸੀ ਮੈਨੂੰ ਕੀ ਹੈ ਜਾਂ ਤਾਂ ਮੈਂ ਗਿਆ ਨਾ ਹੁਮਾ ਮੈਨੂੰ ਪਾਰਟੀ ਦੇ ਹੁਕਮ ਕਰਤੇ ਮੈਂ ਜਲਾਲਾ ਇਸ ਕਰਕੇ ਮੈਂ ਤਾਂ ਆਪਣੀ ਆਪਣੀ ਸੀਟ ਤੇ ਮੈਂ ਕਹਿ ਰਿਹਾ ਵੀ ਇੱਥੇ ਆਵੇ ਜੇ ਜੇ ਦਾਮਾ ਨਾ ਇੱਥੇ ਜਿਹੜਾ ਕਹਿੰਦੇ ਆ ਇਹ ਤੇ ਲੋਕ ਇੱਥੇ ਦੇ ਦੱਸਣਗੇ ਲੁਧਿਆਣੇ ਵਾਲੇ ਵੀ ਕਿਹਦੇ ਨਾਲ ਨੇ ਲੋਕ ਇੱਕ ਇੱਕ ਗੱਲ ਹੋਰ ਕਰਨੀ ਆ ਅਜੇ ਤਾਂ ਤੁਸੀਂ ਮੁਕਾਈ ਦਿੱਤੀ ਪੁਲ ਦੀ ਗੱਲ ਕਿਉਂ ਨਹੀਂ ਕਰ ਰਹੇ ਜਿਹੜੇ ਪ੍ਰੋਜੈਕਟ ਨੇ ਉਹ ਪੂਰੇ ਹੋਣੇ ਸੀ ਪਹਿਲਾਂ ਤੋਂ ਕਹਿੰਦੇ ਆ ਰਹੇ ਆ ਚਾਹੇ ਉਹਦੇ ਵਿੱਚ ਰੇਲਵੇ ਸਟੇਸ਼ਨ ਆ ਚਾਹੇ ਉਹਦੇ ਵਿੱਚ 에ਅਰਪੋਰਟ ਆ ਚਾਹੇ ਉਹਦੇ ਵਿੱਚ ਐਲੀਵੇਟਰ ਰੋਡ ਆ ਆਰਓਬੀ ਦੀ ਗੱਲ ਤੁਸੀਂ ਜਿਹੜੀ ਸਪੈਸ਼ਲ ਕੀਤੀ ਆ ਉਹਦੀ ਮੈਂ ਪਹਿਲਾਂ ਮੁਬਾਰਕਬਾਦ ਦਿੰਦਾ ਇਸ ਕਰਕੇ ਮੈਂ ਆਸ਼ੂਜੀ ਦੇ ਅੱਜ ਘਰੇ ਆਇਆ ਸੀ ਉਹਨਾਂ ਨੂੰ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਸੀ ਇਹ ਵੀ ਮੁਬਾਰਕਬਾਦ ਦੇਣ ਤੇ 18 ਮਹੀਨੇ ਉਹ ਕੱਲ ਤੁਹਾਨੂੰ ਕੋਈ ਚਿੱਠੀ ਜੀ ਦੇ ਰਹੇ ਸੀ ਉਹ ਕੋਈ ਲੱਭਿਆ ਉਹਦੇ ਵਿੱਚੋਂ ਕੁਝ ਕੀ ਵੀ ਕੀ ਸੀ 18 ਮਹੀਨੇ ਇਹ ਪ੍ਰੋਜੈਕਟ ਨੂੰ ਡਿਲੇ ਰੱਖਿਆ ਥੋੜੇ ਚੈਨਲਾਂ ਤੇ ਅਖਬਾਰਾਂ 'ਚ ਵੀ ਮੈਂ ਇਸ ਦਾ ਨਕਸ਼ਾ ਚੇਂਜ ਕਰਨਾ 18 ਮਹੀਨੇ ਇਸ ਕਰਕੇ ਰੋਕ ਕੇ ਰੱਖਿਆ ਤੇ ਆਖੀਰ ਉਸੇ ਨਕਸ਼ੇ ਤੇ ਉਹ ਪੁਲ ਬਣਿਆ 18 ਮਹੀਨੇ ਜਿਹੜਾ ਲੇਟ ਕੀਤਾ ਉਹ ਕਿਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਇੱਕ ਮੈਂ ਹੋਰ ਕਹਿਣਾ ਚਾਹਨਾ ਕਮਿਸ਼ਨਰ ਸਾਹਿਬ ਖਾਸ ਤੌਰ ਤੇ ਤੁਹਾਨੂੰ ਕਾਰਪੋਰੇਸ਼ਨ ਦਿਆਂ ਨੂੰ ਜੇ ਦੂਜੇ ਅਫਸਰ ਆਫੀਸਰ ਜਮਾਨ ਜੇ ਇਹਦੇ ਵਿੱਚ ਕੋਈ ਕਾਰਵਾਈ ਨਾ ਹੋਈ ਤਾਂ ਮੈਂ ਕੁਝ ਦਿਨਾਂ ਦੇ ਵਿੱਚ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਮਾਪ ਮੈਂ ਨਿੱਜੀ ਮਿਲਣ ਜਾਊਂਗਾ ਜੋ ਯਾਰ ਠੱਗੀਆਂ ਹੋ ਰਹੀਆਂ ਔਰੇ ਜੋਰੇ ਤੱਕਾ ਹੋ ਰਿਹਾ ਆ ਬਕਲਾਵਾ ਜਿਹੜਾ ਬਣਿਆ ਹੋਇਆ ਉੱਥੇ ਸਾਊਥ ਸਿਟੀ ਚ ਉੱਥੇ ਇਲੈਗਲ ਬਿਲਡਿੰਗਾਂ ਜਿਹੜੀਆਂ ਬਕਲਾਵੀ ਜਿਹੜਾ ਵੀ ਕੋਈ ਬਕਲਾਵੀ ਰੈਸਟੋਰੈਂਟ ਬਕਲਾਵੀ ਰੈਸਟੋਰੈਂਟ ਦੇ ਕੋਈ ਨਾਲ ਇੱਕ ਬਿਲਡਿੰਗ ਆ ਮੈਂ ਪਹਿਲਾਂ ਵੀ ਨੋਟਿਸ ਲਿਆਂਦੀ ਸੀ ਮੀਟਿੰਗ 'ਚ ਉਹਦੇ ਨਾਲ ਜਿਹੜੀ ਇੱਕ ਬਹੁਤ 550 ਗਜ ਜਿਹੜੀ ਤਕਰੀਬਨ ਆ ਜਿਹੜੀ ਉਹ ਸੱਚੇ যাদਬ ਨੇ ਜਿਹੜੇ ਉਹਨਾਂ ਨੇ ਵੀ ਗੱਲ ਚੱਕੀ ਸਰ ਬਕਲਾਵੀ ਵੀ ਕਹਿੰਦਾ ਇੰਨੀ ਗੱਲ ਤਾਂ ਉਹਦੇ ਬਾਰੇ ਮੈਨੂੰ ਪਤਾ ਨਹੀਂਗਾ ਹਜੇ ਉਹ ਵੀ ਮੈਂ ਪਤਾ ਕਰ ਲੂੰਗਾ ਪਰ ਉਹ ਇੱਕ ਫੇਮਸ ਜਗ੍ਹਾ ਹੈ ਤਾਂ ਮੈਨੂੰ ਉਹ ਪਤਾ ਵੀ ਉਹਦੇ ਨਾਲ ਇਹ ਜਗ੍ਹਾ ਹੈ ਇੱਕ ਜਿਹੜੀ ਹੋਰ ਜਗ੍ਹਾ ਜਿਹੜੀ ਨਾਲੇ ਦੇ ਨਾਲ ਜਾਂਦੀ ਅੱਗੇ ਇੱਕ ਹੋਰ ਉੱਥੇ ਦੁਕਾਨ ਬਣੀਆਂ ਕੋਈ ਉਹਦੇ ਵਿੱਚ ਵੀ ਟੋਟਲ ਉਹਦੀ ਸ਼ਿਕਾਇਤ ਕੀਤੀ ਗਈ ਸੀ ਉਹਦੇ ਕੋਰਟ ਦੇ ਆਰਡਰ ਵੀ ਆਏ ਹੋਏ ਆ ਕਮਿਸ਼ਨਰ ਨੂੰ ਉਹਦੀ ਵੀ ਜਿਹੜੀ ਇਹ ਕਾਰਵਾਈ ਹਜੇ ਤੱਕ ਨਹੀਂ ਹੋਏ ਬਿਲਡਿੰਗ ਬਣ ਕੇ ਤਿਆਰ ਹੋ ਗਈ ਇਸੇ ਤਰੀਕੇ ਨਾਲ ਮੈਂ ਪਹਿਲਾਂ ਦੱਸਿਆ ਸੀ ਜਿੱਥੇ ਸਾਡੇ ਐਮ ਐਲ ਏ ਸਾਹਿਬ ਐਕਸ ਐਮ ਐਲ ਏ ਸਾਹਿਬ ਰਹਿੰਦੇ ਆ ਉਹਦੇ ਮੂਹਰੇ ਵੈਦ ਸਾਹਿਬ ਦੇ ਮੂਹਰੇ ਇਲੈਗਲ ਜਿਹੜੀਆਂ ਬਿਲਡਿੰਗਾਂ ਬਣ ਰਹੀਆਂ ਕਮਿਸ਼ਨਰ ਸਾਹਿਬ ਮੈਂ ਤੁਹਾਨੂੰ ਇਹ ਸਾਫ਼ ਕਹਿਣਾ ਚਾਹੁੰਦਾ ਮੈਨੂੰ ਜਾ ਕੇ ਆਪ ਸੀਐਮ ਸਾਹਿਬ ਨੂੰ ਇੱਕ ਅਲੀ-ਕਲੀ ਗੱਲ ਜਿਹੜੀ ਆ ਫਿਰ ਦਸਨੀ ਪਊਗੀ ਨਹੀਂ ਹਟਜੋ ਜੋ ਤੁਸੀਂ ਉਰੇ ਦੇ ਪੋਲੀਟਿਕਲ ਬੰਦਿਆਂ ਦੇ ਕਹਿਣ ਤੇ ਜੋ ਤੁਸੀਂ ਇਹ ਖਾਸ ਤੌਰ ਤੇ ਵੈਸਟ ਹਲਕੇ ਚ ਜੋ ਇਲੀਗਲ ਬਿਲਡਿੰਗਾਂ ਬਣ ਰਹੀਆਂ ਕਿਉਂਕਿ ਉਰੇ ਪ੍ਰਾਪਰਟੀਆਂ ਬੜੀਆਂ ਮਹਿੰਗੀਆਂ ਨੇ ਉਰੇ ਕਾਰੋਬਾਰ ਬੜੇ ਨੇ ਤੇ ਤੁਸੀਂ ਉਹ ਹਟਜੋ ਇਹ ਕੰਮ ਕਰਨੋਂ ਹਟਜੋ ਮੈਂ ਤੁਹਾਨੂੰ ਲੈਟਰ ਵੀ ਲਿਖੀ ਚਿੱਠੀ ਵੀ ਲਿਖੀ ਪਰ ਮੈਨੂੰ ਲੱਗਦਾ ਨਹੀਂ ਤੁਹਾਡੇ ਤੇ ਕੋਈ ਕੰਨ ਤੇ ਜੂੰ ਸਰ ਕੀ ਤੇ ਇਸ ਕਰਕੇ ਮੈਂ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਰੀਆਂ ਚੀਜ਼ਾਂ ਲੈ ਕੇ ਮਿਲੂੰਗਾ ਨਹੀਂ ਆਪਣੇ ਆਪ ਉਹ ਚੀਜ਼ਾਂ ਜਿਹੜੀਆਂ ਇਲੀਗਲ ਬਣੀਆਂ ਉਹਨਾਂ ਤੜਾ ਤੋੜ ਦੋ ਜਾਂ ਉਹਨਾਂ ਨੂੰ ਬੰਦ ਕਰਵਾ ਦਿਓ ਸਰ ਜਿਹੜੇ ਕਾਂਗਰਸੀਆਂ ਨੇ ਬਣਾਈ ਉਹਨਾਂ ਨੂੰ ਮੈਂ ਕਾਂਗਰਸੀ ਕਿਹੜੇ ਕੌਣ ਨੇ ਕਾਂਗਰਸੀ ਦੱਸ ਦੋ ਜੀ ਮੈਨੂੰ ਨਸ਼ੇ ਦਾ ਲੱਡੂ ਮੈਂ ਮੈਂ ਤਾਂ ਮੈਂ ਤਾਂ ਸਾਰਿਆਂ ਨੂੰ ਪਤਾ ਮੈਂ ਤਾਂ ਉਹਨਾਂ ਦੇ ਮੀਟਿੰਗ 'ਚ ਗੱਲ ਕੀਤੀ ਮੈਨੂੰ ਇਹ ਰਿਪੋਰਟ ਆ ਵੀ ਉਹ ਬਿਲਡਿੰਗ ਜਿਹੜੀ ਆ ਉਹ ਰੋਕਤੀ ਜਿਹੜੀ ਮੈਂ ਤਾਂ ਇਹ ਗੱਲ ਕੀਤੀ ਵੀ ਉਹ ਜਿਹੜੀ ਤੁਸੀਂ ਕਰ ਰਹੇ ਹੋ ਰੇਲਵੇ ਸਟੇਸ਼ਨ ਦੇ ਪੁਲ ਤੋਂ ਉਹ ਸਾਹਮਣੇ ਤਿੰਨ ਬਿਲਡਿੰਗਾਂ ਦਿਖਦੀਆਂ ਐ ਜਿਹੜੀਆਂ ਉਹ ਮੈਨੂੰ ਲੱਗਦਾ ਇਹ ਚ ਹੋਊਗੀ ਸੈਂਟਰਲ ਹਲਕੇ ਚ ਜਾਂ ਸ਼ਾਇਦ ਨਾਰਥ ਚ ਨਾਰਥ ਚ ਹੋਣਗੀਆਂ ਉਹ ਤਿੰਨੋਂ ਬਿਲਡਿੰਗਾਂ ਜਿਹੜੀਆਂ ਬਣ ਰਹੀਆਂ ਮੈਂ ਔਨ ਰਿਕਾਰਡ ਬਿਲਕੁਲ ਦੁਬਾਰਾ ਕਹਿ ਦਿੰਨਾ ਤੁਹਾਨੂੰ ਬਿਲਕੁਲ ਮੈਨੂੰ ਕੋਈ ਵੀ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਕਾਲੀ ਦਲ ਵਾਲਾ ਚਾਹੇ ਭਾਜਪੀ ਵਾਲਾ ਜੇ ਕੋਈ ਗਲਤ ਕੰਮ ਕਰੇਗਾ ਉਹ ਉਹਦਾ ਉਹ ਉਹਨੂੰ ਰੋਕਣ ਨੂੰ ਤਾਂ ਸਰਕਾਰ ਵਾਲੇ ਬੈਠੇ ਹੀ ਹੋਣਗੇ ਕਾਂਗਰਸੀ ਨੂੰ ਤਾਂ ਮੈਨੂੰ ਲੱਗਦਾ ਨਹੀਂ ਕਿਸੇ ਨੂੰ ਬਣਾਉਣ ਦਿੰਦੇ ਹੋਣਗੇ ਉਹ ਉਹ ਤਾਂ ਆਪਣੇ ਚਿਹਤਿਆਂ ਨੂੰ ਬਣਾਉਣ ਦਿੰਦੇ ਹੋਣਗੇ ਬਤੌਰ ਐਮਪੀ ਦਾ ਸਰ ਤੁਹਾਡਾ ਵੀ ਫਰਜ਼ ਹੁੰਦਾ ਹੈ ਮੈਂ ਤਾਂ 100% ਹੀ ਕਹਿ ਰਿਹਾ ਮੈਂ ਤਾਂ ਇਹ ਗੱਲ ਔਨ ਰਿਕਾਰਡ ਤਾਂ ਹੀ ਤੁਹਾਡੇ ਮੂਰੇ ਕਹਿ ਰਿਹਾ ਨਹੀਂ ਆਮ ਮਨ ਦਾ ਵਿਚਾਰਾ ਕੀ ਕਹਿ ਸਕਦਾ ਕਹਿ ਸਕਦਾ ਬਸਾਂ ਨੂੰ ਲੈ ਕੇ ਵੀ ਤੁਸੀਂ ਚਿੱਠੀ ਲਿਖੀ ਸੀਗੀ ਪਰ ਕਿਹਾ ਸੀ ਐਫ ਆਈ ਆਰ ਕਰਾਵਾਂਗਾ ਉਹ ਕਹਿੰਦੇ ਕਹਿੰਦੇ ਇੱਕ ਪੁਰਾਣੀ ਬੱਸ ਕੋਈ ਚੋਰੀ ਦੀ ਲੱਭ ਲੁੱਭ ਕੇ ਕਹਿੰਦੇ ਕੱਲ ਲੈ ਕੇ ਆਏ ਹੋਏ ਸੀਗੇ ਤੇ ਉਹ ਵੀ ਕਲੀਨਿਕ ਆਨ ਵੀਡੀਓ ਦੇ ਕੱਲ ਹੋ ਜਿਵੇਂ ਉਹ ਡੌਗ ਪਾਰਕ ਖੋਲੇ ਆ ਸੀ ਜੋ ਹਸ਼ ਰੋਦਾ ਹੋਇਆ ਏ ਇਹਦਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਚੰਗਾ ਚੱਲੇ ਜੇ ਲੋਕਾਂ ਲਈ ਚੱਲੀ ਆ ਪਰ ਇਹਦੇ ਵਿੱਚ ਵੀ ਗਰਮੇਲ ਮੈਡੀਕਲਸ ਵਾਲਿਆਂ ਦੇ ਇਹਨਾਂ ਦਾ ਮੈਨੂੰ ਤੁਸੀਂ ਵੀ ਦੇਖਿਓ ਮੈਂ ਵੀ ਦੇਖੂਗਾ ਵੀ ਸਰਕਾਰ ਦਾ ਵੀ ਕੋਈ ਡਾਕਟਰ ਹੈ ਉਹ ਚ ਕਿ ਕਿਸੇ ਦਬਕੇ ਨਾਲ ਹੀ ਜਾਂ ਕਿਸੇ ਤੋਂ ਐਵੇਂ ਡਾਕਟਰ ਜਿਹੜੇ ਉਹ ਬਠਵਾਤੇ ਵੀ ਭਾਈ ਤੁਸੀਂ ਇੱਥੇ ਸੇਵਾ ਕਰਨੀ ਹੈ ਜ਼ਬਰਦਸਤੀ ਉਹ ਕਿੰਨੇ ਦਿਨ ਚੱਲੂਗੀ ਸਰਕਾਰਾ ਕੋ ਹੁੰਦੇ ਆ ਇਹ ਫੋਟੋਆਂ ਜਿਨ੍ਹਾਂ ਦੀ ਲੱਗੀਆਂ ਉਹ ਵਾਸਤੇ ਦੇਖੋ ਇੱਕ ਗੱਲ ਹੋ ਰਹੀ ਆ ਇਨੇ 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 ਛੋਟੇ ਲੈਵਲ ਤੇ ਗਿਰ ਗਏ ਚੀ ਮੈਂ ਤੁਹਾਡੀ ਪ੍ਰੈਸ ਕਾਨਫਰੈਂਸ ਦੇਖੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਸੀ ਉਹ ਮੁੱਖ ਮੰਤਰੀ ਸਾਹਿਬ ਨੂੰ ਵਿੱਚ ਪ੍ਰੈਸ ਕਾਨਫਰੈਂਸ ਦੇ ਰੋਕਿਆ ਗਿਆ ਵੀ ਸਾਡੇ ਪੁਲਾਂ ਦਾ ਉਦਘਾਟਨ ਕਰ ਦਿਓ ਪੁਲ ਦਾ ਉਦਘਾਟਨ ਉਹਨਾਂ ਨੂੰ ਤਾਂ ਪਤਾ ਸੀ ਪਹਿਲਾਂ ਅਸ਼ੋਜੀ ਨੇ ਕੀਤਾ ਹੋਇਆ ਜ ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਜੇ ਪੁਲ ਦਾ ਉਦਘਾਟਨ ਕਰਨਾ ਵੀ ਆ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਦਿਓ ਗਰੀਬ ਤੋਂ ਕਰਾ ਦਿਓ ਜਿਹਨੇ ਨੰਗਣਾ ਜੀ ਮੇਰੇ ਸ਼ੇਰ ਫਿਰ ਨਹੀਂ ਹਟੇ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਰਿਕਸ਼ੇ ਵਾਲੇ ਤੋਂ ਕਰਵਾਇਓ ਫਿਰ ਆਪਣਾ ਉਹ ਉਹ ਫੀਤੇ ਜਿਹਨੂੰ ਟੁੱਟ ਟੁੱਟ ਪੈ ਰਹੇ ਨੇ ਇੱਕ ਵੀ ਸਵਾਲ ਬਣਦਾ ਵੀ ਮੁੱਖ ਮੰਤਰੀ ਦੇ ਕੋਲ ਦਾ ਕੰਮ ਕੰਪਲੀਟ ਸੀਗਾ ਮੁੱਖ ਮੰਤਰੀ ਦੇ ਮੰਤਰੀ ਦੇ ਇਸ਼ਾਰੇ ਦਾ ਇਸ਼ਾਰਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਨਹੀਂ ਨਹੀਂ ਮੁੱਖ ਮੰਤਰੀ ਤਾਂ ਉਸ ਦਿਨ ਕਹਿ ਗਏ ਆ ਵੀ ਮੇਰਾ ਭਾਈ ਇੰਤਜ਼ਾਰ ਕਰਨ ਲਈ ਕਿਸੇ ਆਮ ਬੰਦੇ ਦਾ ਪ੍ਰੋਜੈਕਟ ਨਾ ਰੋਕੋ ਜਿਹਨੂੰ ਲੋਕਾਂ ਨੂੰ ਆ ਮੇਰੇ ਵੱਲੋਂ ਰਿਕਸ਼ ਕਿਉਂਕਿ ਇਹਨਾਂ ਨੇ ਮੈਨੀਫੈਸਟੋ ਚ ਕੀ ਕਿਹਾ ਸੀ ਅੱਜ ਅੱਜ ਮੈਂ ਪੁੱਛਣਾ ਚਾਹੁੰਦਾ ਐਮ ਐਲ ਏ ਸਹਿਬਾਨਾਂ ਨੂੰ ਉਦੋਂ ਇਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਮਿਸਤਰੀ ਉਹ ਪ੍ਰੋਜੈਕਟ ਨੂੰ ਬਣਾਏਗਾ ਜਿਹੜਾ ਇੱਥੇ ਸੀਮਿੰਟ ਦਾ ਜਿਹਨੇ ਬਜਰੀ ਦਾ ਰੇਤੇ ਦਾ ਕੰਮ ਕੀਤਾ ਹੋ ਜਿਸ ਉਹ ਬੰਦੇ ਦੇ ਨਾਂ ਲਿਖੇ ਜਾਣਗੇ ਤੇ ਹੁਣ ਮੈਨੂੰ ਦੱਸ ਦੋ ਵੀ ਇਹ ਪ੍ਰੋਜੈਕਟ ਨੂੰ ਗੋਗੀ ਜੀ ਨੇ ਕਿੱਥੇ ਲੈਂਟਰ ਟੀਪ ਕੀਤੀ ਆ ਬਠਲਾ ਕਿਹਨੇ ਮਦਨ ਲਾਲ ਬੱਗਾ ਜੀ ਨੇ ਚੱਕਿਆ ਸੀ ਜਾਂ ਫੀਤਾ ਕਿਹਦੇ ਹੱਥ 'ਚ ਸੀ ਕਿਹੜੇ ਪਪੀਜ ਦੇ ਹੱਥ ਕਿਹੜਾ ਸੀ ਤੇ ਮੈਂ ਇਹ ਪੁੱਛਣਾ ਚਾਹਣਾ ਵੀ ਹੁਣ ਇਹ ਐਮਐਲਏ ਵੀ ਨੇ ਤੇ ਲੇਬਰ ਵਾਲੇ ਵੀ ਨੇ ਤੇ ਰਿਕਸ਼ੀ ਵਾਲੇ ਵੀ ਆਪਨੇ ਸਾਰਾ ਕੁਝ ਵਿਚਾਰੇਆਂ ਦਾ ਸਭ ਦਾ ਹੀ ਹੱਕ ਮਾਰ ਲਿਆ ਕਿਸੇ ਆਮ ਬੰਦੇ ਦੀ ਗੱਲ ਕਰ ਲੋ ਆਮ ਦੀ ਗੱਲ ਕਰਦੇ ਸੀ ਪਰ ਐਨਕਾ ਨੇ ਐਨਕਾ ਤੇ ਐਨਕਾ ਐਨਕਾ ਤੇ ਐਨਕਾ ਉਹਨਾਂ ਨੂੰ ਤਾਂ ਚੰਗਾ ਹੀ ਚੰਗਾ ਦੇਖ ਰਿਹਾ ਸੀ ਅਸੀਂ ਆਮ ਆਦਮੀ ਪਾਰਟੀ ਆਪ ਹੀ ਹਾਂ ਕੌਣ ਉਹ ਕਹਿੰਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ 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 ਲੋਕ ਆ ਆਮ ਲੋਕਾਂ ਦੀ ਪਾਰਟੀ ਆਮ ਆਦਮੀ ਅਸੀਂ ਆਮ ਲੋਕ ਚਲੋ ਭਾਈ ਫਿਰ ਲੋਕ ਦੱਸ ਦੇਣਗੇ ਮੈਂ ਤਾਂ ਉਹਨਾਂ ਦੇ ਮੁੱਖ ਮੰਤਰੀ ਦੀ ਗੱਲ ਕਰਦਾ ਜੇ ਉਹ ਆਮ ਹੁੰਦੇ ਮੁੱਖ ਮੰਤਰੀ ਉਹਨਾਂ ਨੂੰ ਨਾ ਕਹਿੰਦੇ ਵੀ ਤੁਸੀਂ ਵੀ ਆਮ ਹੋ ਵੀ ਕਰ ਲਓ ਉਦਘਾਟਨ ਉਹਨਾਂ ਨੇ ਰਿਕਸ਼ੀ ਵਾਲੇ ਤੋਂ ਨੌਕ ਕਿਉਂ ਲਿਆ ਜੇ ਆਮ ਪਤਾ ਹੋਵੇ ਉਹਨਾਂ ਨੂੰ ਵੀ ਮੇਰੇ ਐਮਐਲਏ ਆਮ ਰਹਿ ਗਏ ਨੇ ਵੀ ਇਹ ਖਾਸ ਨਹੀਂ ਬਣੇ ਫਿਰ ਹਜੇ ਤੱਕ ਉਹ ਇਹਨਾਂ ਨੂੰ ਵੀ ਕਹਿੰਦੇ ਪਰ ਉਹਨਾਂ ਨੂੰ ਪਤਾ ਸੀ ਵੀ ਇਹ ਹੁਣ ਖਾਸ ਬਣ ਗਏ ਨੇ ਤੇ ਰਿਕਸ਼ੀ ਵਾਲੇ ਤੋਂ ਕਰਾਓ ਉਦਘਾਟਨ ਕਿਸੇ ਵਿਚਾਰੇ ਤੋਂ ਪਰ ਫੇਰ ਦੇਖ ਲਓ ਪਤਾ ਨਹੀਂ ਤੁਹਾਨੂੰ ਦੇਖ ਕੇ ਕੀ ਹੋ ਜਾਂਦਾ ਹੈ ਉਹਨਾਂ ਨੂੰ ਜਿਹੜੀ ਪੂਰਾ ਚੈੱਕ ਹੋਇਆ ਸੀ ਚਾਂਸ ਨੇ ਕਰ ਗਿਆ ਉਹ ਤਾਂ ਹਾਲ ਤੱਕ ਵੀ ਹੋਇਆ ਹੈਗਾ ਜੀ ਬਰ ਸਕੇ ਪਾਸ ਹੋ ਗਿਆ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਕੰਮ ਸ਼ੁਰੂ ਨਹੀਂ ਹੋਇਆ ਨਾ ਕੀ ਆ ਵੀ ਹੁੰਦਾ ਫਿਰ ਅਸਟਾ ਬਿੱਟੇ ਪੂਰਾ ਪਾ ਪੈ ਗਿਆ ਉਹ ਆਪਾਂ ਕਰੇ ਆਵਾਂਗੇ